یا ابو سہل مہدی ادرکنی، بسم اللہ الرحمن الرحیم، الحمدللہ رب العالمین، الرحمن الرحیم، مالک یوم الدین، ایاک نعبد و ایاک نستعین، اهدنا الصراط المستقیم، صراط الذین انعمت علیہم غیر المغضوب علیہم ولا الضالین. اللهم صل علی محمد و آل محمد واجل فرج آل محمد. صلوات پڑھو سید ذات باواز بلند، اللهم صل علی. درود پڑھنا بڑی اہم عبادت ہے، مل کے صلوات پڑھو. اللہم صلی اللہ، بیٹھے تھوڑے ہو تو پھونٹ کے بیٹھے ہو، جو مہربانی سے کرو تو ذرا سامنے آ ونجو، پھونٹ کے نہ باو تو سامنے آ بو، ذرا مجلس دا ماحول بن ونجے، سارے مہربانی کرو تو سامنے تشریف لے آؤ جی، ایتھے سامنے مہربانی کرو جی، مہربانی کرو جا، خیر خیر عزت نہیں کیڑ دی تو سامنے آ ونجو، چلو ذرا مجلس دا ماحول سونا بن ویسے. ہاں بسم اللہ، اس مقام مقدس تے پرسے دی مالک سائیں اکبر دی ڈاڈی دی امت تے اکھیں بند کر کے صلوات پڑھو. اللہم صلی اللہ علیہ وسلم. قال زینب و محمد صلی اللہ علیہ و علیک السلام اعظم حسین مرمل دمائے مقتل اعلی بنات کا سبب اللہ المشتق لعنت اللہ علیہ شمار اما بعد فقط قال اللہ تبارک و تعالی فی قرآن المجید وفرقان الحمید وقال الحق بسم اللہ الرحمن یا ایها الانسان ما غرك بربك الكريم صلوا. بلند آواز نال درود تلاوت فرماو. اللهم صل علی. اگر تہاڈا موڈ ہوے تے ایک جملہ فضائل دا
ਉਹਦੇ ਬਾਅਦ ਜ਼ਿਕਰ ਮਸਾਇਬ। ਇੱਕ ਭਾਈ ਨੇ ਹੁਕਮ ਦਿੱਤਾ ਇੱਕ ਫਜ਼ੈਲ ਦਾ, ਪਿਛਲੇ ਸਾਲ ਮੈਂ ਫਜ਼ੈਲ ਹੀ ਤੇ ਪੜ੍ਹ ਗਈਆਂ ਹੈ। ਉਸਨੇ ਹੁਕਮ ਦਿੱਤਾ ਕਿ ਉਹ ਸੁਣਾ ਬਣਾਈ, ਸੋਚ ਕੇ ਕੁਝ ਮੈਂ ਹੋਰ ਆਇਆ ਹੈ। ਜਿਹੜਾ ਟਾਈਮ ਐਸਾ ਬਾਣੀ ਦੀ ਹੈਸੀਅਤ ਨਾਲ ਨਾ ਇਨਤਹਾਈ ਮੁਖਤਸਰ ਜੀ ਡਿਊਟੀ ਦੇਵਣੀ ਆਈ, ਹੁਣ ਵੀ ਪੜ੍ਹਨਾ ਮੁਖਤਸਰ ਹੈ। ਅਗਰ ਤੁਹਾਡਾ ਮੂਡ ਹੋਵੇ ਤਾਂ 5-7 ਮਿੰਟ ਦਾ ਫਜ਼ੈਲ ਪੜ੍ਹ ਲਵਾਂ ਜੀ। ਸਲਵਾਤ ਪੜ੍ਹੋ ਸਾਈਆਂ ਦੀ ਜ਼ਾਤ 'ਤੇ ਬਾਬਾ ਸਾਹਿਬ ਬੀਬੀ ਫਾਤਮਾ ਬਿਨਤੇ ਅਸਦ ਪਾਕ ਅਲੀ ਦੀ ਪਾਕ ਅੰਮਾ। ਬੀਬੀ ਰਿਵਾਇਤ ਫਰਮਾਉਂਦੀ ਹੈ ਕਿ 4 ਸਾਲ ਦੀ ਉਮਰ ਹੈ ਸਰਕਾਰੇ ਮੁਹੰਮਦ ਦੀ, ਮੁਹੰਮਦ ਦੇ ਦਾਦਾ ਸਰਕਾਰੇ ਹਜ਼ਰਤ ਅਬਦੁਲ ਮੁਤਲਬ ਨੇ ਆਪਣੇ ਪੋਤਰੇ ਨੂੰ ਆਪਣੇ ਸੀਨੇ 'ਤੇ ਬਿਠਾਇਆ ਹੋਇਆ, ਆਪਣੇ ਤਮਾਮ ਪੁੱਤਰਾਂ ਨਾਲ ਮੁਖਾਤਿਬ ਹੋ ਕੇ ਫਰਮਾਉਂਦੇ ਨੇ ਕੌਣ ਹੈ ਮੇਰੇ ਬੇਟੀਆਂ 'ਚੋਂ ਜਿਹੜਾ ਮੇਰੇ ਬਾਅਦ ਮੁਹੰਮਦ ਨੂੰ ਮੇਰੀ ਤਰ੍ਹਾਂ ਪਾਲੇ। ਪੂਰੀ ਤਵਜੋ ਅਲਮ ਦੋਸਤਾ ਬਾਬ, ਸਰਕਾਰ ਦੇ ਹਰ ਬੇਟੇ ਨੇ ਆਖਿਆ ਮਿਹਰਬਾਨੀ ਫਰਮਾਓ, ਇਹ ਜ਼ਿੰਮੇਦਾਰੀ ਸਾਨੂੰ ਸੌਂਪੋ, ਇਹ ਜ਼ਿੰਮੇਦਾਰੀ ਸਾਨੂੰ ਸੌਂਪੋ। ਜਿਸ ਟਾਈਮ ਸਰਕਾਰ ਹਜ਼ਰਤ ਅਬਦੁਲ ਮੁਤਲਬ ਨੇ ਮਹਿਸੂਸ ਕੀਤਾ ਕਿ ਮੁਹੰਮਦ ਦੀ ਪਰਵਰਿਸ਼ ਦਾ ਜਜ਼ਬਾ ਮੇਰੇ ਤਮਾਮ ਬੇਟਿਆਂ 'ਚ ਵੱਧਦਾ ਹੋਇਆ ਸਰਕਾਰ ਨੂੰ ਨਜ਼ਰ ਆਇਆ, ਤਾਂ ਸਰਕਾਰ ਨੇ ਡਿੱਠਾ ਮੁਹੰਮਦ ਵਾਲੇ ਪਾਸੇ, ਬੇਟਾ ਮੁਹੰਮਦ ਤੂੰ ਆਪ ਫੈਸਲਾ ਚ ਕਰ ਮੇਰੇ ਬਾਅਦ ਤੇਰਾ ਕਿਹੜਾ ਚਾਚਾ ਤੇਰੀ ਪਰਵਰਿਸ਼ ਕਰੇ। ਜਿਹੜਾ ਬੰਦਾ ਸਵੇਰ ਕੋਲ ਲਾ ਕੇ ਇਸ ਟਾਈਮ ਤੱਕ ਨਹੀਂ ਬੋਲਿਆ ਸਰਚਾ ਤੇ ਮੈਂ ਇੱਧਰ ਵੇਖਿਆ ਮੈਂ ਫਿਰ ਨਾ, ਤੂੰ ਕਿਵੇਂ ਨਹੀਂ ਬੋਲੇਂਦਾ? ਬੇਟਾ ਤੂੰ ਆਪ ਫੈਸਲਾ ਚ ਕਰ ਮੇਰੇ ਬਾਅਦ ਤੇਰਾ ਕਿਹੜਾ ਚਾਚਾ ਤੇਰੀ ਪਰਵਰਿਸ਼ ਕਰੇ। ਬੀਬੀ ਆਦੀ ਮੁਹੰਮਦ ਨੇ ਡਾਡੇ ਦਾ ਸੀਨਾ ਛੋੜ ਦਿੱਤਾ, ਉਸ ਜਹਾਂ ਤੇ ਆਇਆ ਜਿੱਥੇ ਮੈਂ ਬੈਠੀ ਆਇਆ, ਮੈਂ ਝੋਲੀਏ 'ਚ ਬਹਿ ਕੇ ਡਾਡੇ ਦੇ ਮੁਖਾਤੇ ਬੋਲ ਕੇ ਫਰਮਾਉਂਦੇ ਦਾਦਾ ਜਾਨ, ਵੱਡਿਆਂ ਦੇ ਹੁੰਦੇ ਛੋਟੇ ਫੈਸਲੇ ਨਹੀਂ ਕਰਦੇ, ਫੈਸਲਾ ਕਰਨਾ ਤੁਸਾਂ, ਮਗਰ ਫੈਸਲਾ ਕਰਨ ਤੋਂ ਪਹਿਲੇ ਇਤਨਾ ਜ਼ਿਹਨ 'ਚ ਖਿਆਲ ਜ਼ਰੂਰ ਰਹੇ ਤੁਹਾਡੇ ਬਾਅਦ ਮੈਂ ਉਹ ਚਾਚਾ ਮੇਰੀ ਪਰਵਰਿਸ਼ ਕਰੇ ਜੋ ਅੱਲਾ ਨੂੰ ਕੁਰਾਨ 'ਚ ਆਖਣਾ ਪਵੇ ਮੁਹੰਮਦ ਤੂੰ ਯਤੀਮਾਂ ਵੇ ਤੈਨੂੰ ਮੈਂ ਪਾਲੈ। ਹੱਥ ਬੁਲੰਦ ਕਰਕੇ ਨਾਰਾ ਹੈਦਰੀ, ਮੌਲਾ ਤੁਹਾਨੂੰ ਸਲਾਮਤ। ਬੀਬੀ ਆਦੀ ਉਸ ਦਿਨ ਤੋਂ ਬਾਅਦ ਮੈਂ ਅਤੇ ਇਮਰਾਨ ਨੇ ਨੌਕਰ ਅਤੇ ਕਨੀਜ਼ ਬਣ ਕੇ ਮੁਹੰਮਦ ਨੂੰ ਪਾਲਣਾ ਸ਼ੁਰੂ ਕੀਤਾ। ਬੀਬੀ ਆਦੀ ਸਾਡੇ ਘਰ ਇੱਕ ਆਈ ਖਜੂਰ ਦਾ ਦਰਖਤ, ਅਤੇ ਮੁਹੰਮਦ ਨੂੰ ਖਜੂਰਾਂ ਬਣੀਆਂ ਚੰਗੀਆਂ ਲੱਗਦੀਆਂ। ਆਪਣੇ ਆਪ ਨੂੰ ਥੋੜ੍ਹਾ ਨਾ ਸਮਝੋ ਅਤੇ ਥੋੜ੍ਹਾ ਥੋੜ੍ਹਾ ਮੇਰੇ ਨਾਲ ਬੋਲੋ, ਵਤਨੀ ਨਿਆਜ਼ ਮਤ ਸਮਝ ਕੇ ਬੇਰੁਖੀ ਬੇਨਿਆਜ਼ੀ ਨਾ ਕੀਤੀ ਕਰੋ। ਸਾਰੇ ਮਜ਼ਲੂਮ ਦੇ ਮਦਾ ਖਾਨ ਹੁੰਦੇ। ਅਮੀਰੁਲ ਮੋਮਿਨੀਨ ਦਾ ਫਰਮਾਨ ਹੈ ਕਿ ਬਾਤ ਕਰਨੇ ਵਾਲੇ ਕੋ ਨਾ ਦੇ ਉਸਕੀ ਬਾਤ ਕੋ ਦੇ। ਇਹ ਨਾ ਵੇਖੋ ਜੋ ਕੌਣ ਵੀ ਪੜ੍ਹਦਾ, ਇਹ ਵੇਖੋ ਕਿ ਪੜ੍ਹਦਾ ਕਿਆ ਵੀ ਹੈ। ਮੈਂ ਪੂਰੇ ਮੁਲਕ 'ਚ ਪੜ੍ਹਦਾ ਅਤੇ ਮੇਰਾ ਵਤਨ ਹੈ। ਬਜ਼ੁਰਗ ਜ਼ਾਕਿਰ ਵੀ ਆਦੇ ਹਨ ਕਿ ਜਿਹੜਾ ਸਾਡਾ ਖਿੱਤਾ ਨਾ ਸਹੀ ਮੁਲਤਾਨ, ਇਹ ਏਰੀਆ, ਇਹ ਵਤਨੀ ਜ਼ਾਕਿਰ ਨੂੰ ਵੇਖਦੇ ਹਰੀੜ ਵਾਂਗੂ ਹੈ। ਭਾਵੇਂ ਵਿਚਾਰਾ ਜਿੱਦਾਂ ਹੀ ਚੰਗਾ ਪੜ੍ਹੇ, ਉਹ ਕੋਈ ਬੋਲੇ ਕਰੋ, ਹਾਂ ਮਜਲਿਸ ਜ਼ੀਨਤ ਬਣ ਕੇ ਬੈਠ। ਮੌਲਾ ਤੁਹਾਨੂੰ ਸਲਾਮਤ ਰੱਖੇ, ਸਦਾ ਆਬਾਦ ਸ਼ਾਦ ਰਹੇ। ਸਾਡੇ ਘਰ ਖਜੂਰ ਦਾ ਦਰਖਤ ਆਈ ਅਤੇ ਮੁਹੰਮਦ ਨੂੰ ਖਜੂਰਾਂ ਬਣੀਆਂ ਚੰਗੀਆਂ ਲੱਗਦੀਆਂ। ਬੀਬੀਆਂ ਦੀਆਂ ਜਿਹੜੀਆਂ ਖਜੂਰਾਂ ਪੱਕ ਕੇ ਠਾਵੇਂ ਨਾ, ਮੈਂ ਮੁਹੰਮਦ ਵਾਸਤੇ ਚੁਣ ਕੇ ਸਾਫ਼ ਕਰਕੇ ਰੱਖ ਲੈਂਦੀਆਂ ਜਿਤਨੀਆਂ ਮੁਹੰਮਦ ਨੂੰ ਜ਼ਰੂਰਤ ਹੋਵੇ ਨਾ। ਬਾਕੀ ਜਿਹੜੀਆਂ ਖਜੂਰਾਂ ਬੱਚੇ ਨਾ, ਮੱਕੇ ਦੇ ਛੋਟੇ ਛੋਟੇ ਬੱਚੇ ਆਵੇ ਨਾ, ਕੁਝ ਖਜੂਰਾਂ ਖਾਵੇ ਨਾ ਅਤੇ ਕੁਝ ਨਾਲ ਲੈ ਵੰਜੇ ਨਾ, ਮੈਂ ਉਹਨਾਂ ਦੀ ਕੰਢ ਵੇਖ ਕੇ ਮੁਸਕੁਰਾ ਕੇ ਇਹੋ ਕੁਝ ਜਾਂਦੀਆਂ, ਖਾਓ ਅਤੇ ਖਵਾਓ ਮਗਰ ਮੁਹੰਮਦ ਦੇ ਸਦਕੇ। ਪੂਰੀ ਤਵਜੋ ਬੀਬੀ ਆਦੀ, ਇੱਕ ਦਿਨ ਸਾਡੀ ਕਨੀਜ਼ ਹੋ ਗਈ ਬਿਮਾਰ, ਬਿਮਾਰੀ ਦੀ ਵਜ੍ਹਾ ਤੋਂ ਆ ਗਈ ਬਿਸਤਰੇ ਬਿਮਾਰੀ 'ਤੇ। ਮੈਂ ਧੋਤੇ ਇਮਰਾਨ ਦੇ ਕੱਪੜੇ, ਇਮਰਾਨ ਦੀ ਨਲੈਨੇ ਮੁਬਾਰਕ ਨੂੰ ਕੀਤਾ ਸਾਫ਼। ਬੀਬੀ ਆਦੀ ਮੈਂ ਖਜੂਰਾਂ ਚੁਣਨਾ ਭੁੱਲ ਗਈ, ਜਿਵੇਂ ਹੀ ਮੈਂ ਸਾਫ਼ਾ ਚਾਹ ਕੇ ਇਮਰਾਨ ਦੀ ਨਲੈਨ 'ਤੇ ਮਾਰਿਆ, ਫੌਰਨ ਮੇਰੇ ਸਹਿਨ 'ਚ ਖਿਆਲ ਆਇਆ
मुहम्मद ने पहला सवाल करना है खजूरों का, खजूर मैं चुन सकी नहीं। बीबी आदि मैं दौड़ के खजूर के दरख्त थले आई, मैं क्या वेखा जो मैं इतों पहुँचने तो पहले मक्के के छोटे छोटे बच्चे आए, कुछ खजूर खा गए, कुछ नाल लेके जा चुके हैं। बीबी आदि मैं बड़ी परेशान हुई, मुहम्मद ने सवाल करना है खजूर का, मैं मुहम्मद को क्या जवाब दे सा। बीबी आदि हाल ही परेशानी के आलम खड़ोती है, अचानक मुहम्मद का आवाज़ मेरे कन्ना ते आया, अम्मा खजूर। बीबी आदि मैं मुहम्मद सामने अदबत, बेटा नाराज नहीं होना, कनीज आई बीमार, बीमारी की वजह तू आ गई बिस्तर है बीमारी से। मैं धोते इमरान के कपड़े नलैने मुबारक न साफ किया, बेटा मैं खजूरा चुन सकी नहीं, बेटा मां बन के हाथ पे बन दिया, बेटा नाराज नहीं होना। मुहम्मद ने अपना रहमत आला हाथ चाह के बीबी आदि मेरे हाथ से रखिया, तो मुस्कुरा के पे फरमाए देना, मां पुत्रन के सामने हाथ नहीं बनी दे, तू तो बहुत बड़ी इबादत च मसरूफ है। अम्मा मेरा दिल चाहता है पहले तू खजूर खवेंदिया में, आज मैं अपने हाथों नाल तेनू खजूर खवाव। बीबी दी गल करके मुहम्मद खजूर दे दरख्त तले आए। हुण जिहड़ा बंदा सवेर कोल हुण तक नहीं बोल सकिया, एक दफा मिन्नत करे ना सर चा ते मैं दरवेख सही, खजूर दे दरख्त तले आए, खजूर दे दरख्त मिठे मुहम्मद ने, मैनू खजूर चाहीदियां ने। सुनिया नहीं कर आया, आली जहरन आमद अमीरुल मोमिनीन दी दुनिया ते नहीं हुई, तीसरी दफा मुहम्मद ने कलाम दा रुख तब्दील किया, खजूरां देनी है या सदा करार नू। करार दा नाम सुन के खजूर दा दरख्त बेकरार होया, खजूर दे दरख्त ने झुकना शुरू किया, मुहम्मद ने खजूरां त्रोड़नियां शुरू की थी। बीबिया दी खजूर त्रोड़ के मुहम्मद मेरे सामने आया, फिर आगा शाह जी मेरी जाकरी जिस तू वा जुमला है ही कोई ना जेड़ा हूँ भी पढ़ना, मुस्कुरा के आद अम्मा मेरा दिल चाहता है अज तू अपने हाथों मैनू खजूरा खवा, मैं अपने हाथों नाल तेनू खजूरा खवा। बीबी आदी है मैं मुहम्मद नू खजूरा खवाणियां शुरू कीतियां, मुहम्मद ने मैनू खजूरा खवाणियां शुरू कीतियां, चंद खजूरा बच गई, मुहम्मद की आवाज़ पई आती, अम्मा इन्ना खजूरा छोड़ दो, इन्ना खजूरा ते ना तुहाडा हक है ना मेरा हक है, इन्ना खजूरा ते हक है मेरे चाचे इमरान का, ते मैं मुहम्मद नू वो बंदा चंगा नहीं लगता जेड़ा कहंदा हक खावे। हद बुलंद करके नारा हैदरी। मैं मुहम्मद नू बंदा चंगा नहीं लगता जेड़ा कहंदा हक खावे। हुण आप इंसाफ नाल दस मिले हक मुहम्मद दी थी नहीं आता तन रोमन सैयदा शाह यूसुफ गुरदेस दा पुत्रा शाह जी होने का शिगिर हाँ तीसरी पुश तू मजलूम द मदा हाँ ए तेरे को हथ बन गिल तमास पिया करना कोई जाकिर जैसा फजैल पढ़े बोल सक या ना बोल सक मर्जी दी बात या मगर जदा कोई जाकिर अली दिया धियाँ तो उजड़न पढ़े रोमन आवी रोमन आली शक्ल जरूर बनाई कर शरीफों का देख रहे शरीफ सुन के रो पाँदा है बेहयाक नू किया पता जो किमें सुतियां हुई थी चाह के कचावियां ते चढ़े तो वाह भाई वाह वाह भाई वाह रो रो के बता दे नाना ही और मां ने रहमन जो नहीं देंदे नाना जे रहमन दे में ना मैं तेरा मदीना ना छोड़ा बस भाई ने हुक्म दिता ही थाई एक मिनट सुन लो अध रात वेला लोगां दे पोतर सुते हो जाएं हुसैन दी आवाज पई आंदी अब्बास उठ उठा मेरी ज़ैनब थक पई हो वाह भाई वाह वाह भाई हर अगे जासू आ गया मैं सैयद राजियां मौला तेनु सलामत रखे दो त्रै बंदे बच गए जेड़ा हैरान हो के मैं दर पवे दिन नहीं आता तेनु हुसैन दी तैयारी तेरो मन ओशिया मियाणी दा गयूर मोमेंट ता नहीं पियर हुंदा ना तू समझे मैं जो जींदिया वतन तू लैके टुरे खाल लेके अकबर की कसम जींदियां लैके नहीं टुरे बल्कि भैन के जनाजे लैके टुर पिए हुसैन जे रोवन नहीं आता तेरी मिन्नत करे ना
جے پھر سکے تو 28 رجب دی مجلس ضرور کرائی کر، جے غربت دامن گیر ہوئی تو پھر نہ ہو دوجی منت بھی کرے نہ 28 رجب دی بڑھتی دیگر گھروں کے جندرے چ مارے کر، گھر کوئی چھوٹی تھی ہوئے چابیاں رکھیاں کر وہ ہاتھوں سے جینا کا نہیں ڈیمنی پیار کر کے آخنا میڈا لال اج دی رات نے کلا رانا ہے تے اساں گھر کوئی نہیں آنا، اونچی جی جا تے چڑھ کے کر بلا در بھائی ودا کیا کیا کر، حسین تیری بیمار دی سنت ادا پہ کرے، واہ بھائی واہ، واہ بھائی واہ، واہ بھائی واہ، مولا سلامت رکھیں۔ عباس اٹھ اٹھا، میری زینب تھک پئی اس، عباس دی آواز پہ آدھی ہے مولا فرشتے مطابق اجا ایک بی بی محمل تے سوار نہیں ہوئی، ہے عباس تے کیڑی مستور محمل تے سوار نہیں ہوئی، مولا جسگر دی ماں محمل تے سوار نہیں ہوئی، رونی تو میں در ویکھیں ہنجو ہے پیاں تو اڈے تے میڈے امام دیاں روندے آندن تے آدے آندن اصغر دی ماں جے نائی آونا پہلے چا دسیاں کیڑے ویلے دی محمل تے چڑی بیٹھی ہے ہن تے تھک پئی ہو سی، اصغر دی ماں دی کیڑی حالت ہے، اے ان اصغر نو ہان نال لائی ودی ہے، سکینہ نو انگل نال لائی ودی ہے، رو رو کے ودیا دی ہے بھلو بتول دا بیڑا، میں تا وسن آئی ہے ماجو جڑ کے میں دی پیاں، امام دی آواز پیاں دی رباب جلدی تالا مار، ادب دا سر جھکا کے دی مولا یا دھی مرویسیا یا کنیز مرویسیا، مولا سامنے دیکھے نا تیری 7 سالاں دی بڈڑی دھی دروازے تے بیٹھی روندی ہے، ہر بی بی در نو تالا مریندی آئیے، چابیاں بیمار دے ہتھاں تے رکھدی آئیے، مولا چابیاں تے میں رکھنیاں، ایو کو جا کے جائیے ارمان ہے اج میڈی امڑی وی ہوے آ، مینوں انجن نال رلائی ویندی ہوے آ جی میں سکینہ رلائی ویندی ہے، امام دی آواز پیاں دی رباب تو در نو تالا مار، چابیاں میرے ہتھاں تے رکھ، میں جانا تے میری اجڑی دھی جانے، اوکھیاں تے بھاویں سوکیاں گھر تے چھیکڑی تالا مارے اس چابی لے کے اس جا تے آیا جی تے 7 سالاں دی بڈڑی دی مٹی تے بیٹھی روندی آئی، رومنے تے سر چا تے میں تیرے ویکھ دھی بابے نو آندا ریٹا سر تو چادر لائی اس اے زمین تے وچھائی اس، یا الہی حسین دروانا لے ودی چادر تے باو اکبر دباب چادر آدھے رہی سکینہ دبابا چادر آدھے رہی سجا دباب ود میڈی سین کلام تبدیل کر کے آدھی چادر تے کیوں نہیں باندھا وے زینب داوی، امام دی آواز بیان دیے ہر دلگ گا تیڈا کچھ نہیں لگ بابا دیا ہوئے نہیں جنا کو نال کی تھی وینے اگر میں کہتی کچھ لگ دیا آج نال پہی میں دیا امام دی آواز بیان دیئے میری لٹی اجڑی تھی ایک چابی بابا ہی نے وڑائے دوے ہاتھ ودا گیا دیئے بسم اللہ دے چچا بھی تیرے بوہے دی نوکر جو ہاں اللہ جان دے نے امام چابی بتائیے بیمار ہاتھ بدائیں بھائی جان چابی تو کوئی نہ کوئی مصائب تو پہاڑ آئی آدھی بابا باوے تو اجڑ گئی میرے پالن آلی بھی ٹر گئی ہاں بیمار ٹر گئی ہے ملی کیوں نہیں یا میں مروے تھا یا میری اجڑی تھی مروے بابا ملے یا نہ ملے ان دی مرضی ہے میں نو دے اجازت میں اماں دا شکریہ دا من کرنیاں جو ہن تا یتیم نو اپنی جھولی وچ جا دے دی رہی ہے امام دی آواز پیاں دی ہے ڈھیر نہ رواویں ساڈے لمبے پا دین جڑا بندہ سویر کو لا کے اس ٹائم تک ماتم نہیں کر سکیا اللہ جان دے نے چپ کر کے ٹر پئیے پہلے معمل دے تلے آئیے تا زینب بیٹھی روندی آئیے ادھی تو پئی کرے نیا شالہ بھرا جی دے رانی اگلے معمل دے تلے آئیے کلسوں بیٹھی رون دی آئیے آدھی دعا پئی کرے نیا شالہ پردیا دا نگران جی دا رونے اگلے معمل دے تلے آئیے روکیہ بیٹھی رون دی آئیے آدھی غریب سیدہ دیا بطول دی شبیاں دعا پئی کرے نیا شالہ سہاگ سلامت راوی شالہ پترہ دی عمر دیا دوی شالہ بچڑیا نو گرم آوا بڑی
ਬੜੀ ਸੋਹਣੀ ਮੁਕਾਂਡ ਪਿਆ ਦੇਣਾ ਮੈਂ ਸੈਯਦ ਰਾਜ਼ੀ ਹਾਂ। ਅਗਲੇ ਮਾਮਲ ਦੇ ਤੱਲੇ ਆਈਏ ਅਕਬਰ ਦੀ ਮਾਂ ਬੈਠੀ ਰੋਂਦੀ ਆਈ ਅਦੀ ਤੂੰ ਆਪ ਹੀ ਕਰੇ ਨਹੀਂ ਆ ਸ਼ਾਲਾ ਸੋਹਣੇ ਬਚੜੇ ਗੁਸੇਰੇ ਪਾਵੇ ਆ। ਅਗਲੇ ਮਾਮਲ ਦੇ ਤੱਲੇ ਆਈਏ ਕਾਸਿਮ ਦੀ ਮਾਂ ਬੈਠੀ ਰੋਂਦੀ ਆਈ ਅਦੀ ਤੂੰ ਆਪ ਹੀ ਕਰੇ ਨਹੀਂ ਆ ਸ਼ਾਲਾ ਰੰਡੇ ਪੇਦੀ ਪੂੰਜੀ ਬਚ ਪੋਵੀ। ਅਗਲੇ ਮਾਮਲ ਵਾਲੇ ਪਾਸੇ ਤੁਰੀਏ ਰੂਬਾਬ ਦਾ ਵਹਿਣਾ ਹੈ ਅਦੀ ਗਾਜ਼ੀ ਉੱਠ ਬਾ ਮੈਲਾ ਨੀਆ ਮੜੀ ਧੀ ਰੁੱਲ ਗਈਏ ਹੁਸੈਨ ਦੀ ਆਵਾਜ਼ ਪਈ ਆਉਂਦੀ ਆ ਤੈਨੂੰ ਘਰ ਪੁਜਾਵਾਂ ਅੱਲਾ ਯਾਰ ਦਈ ਨੇ ਹੁਸੈਨ ਧੀ ਨੂੰ ਘਰ ਪੁਜਾਇਆ ਰੋ ਰੋ ਕੇ ਪਈ ਆਉਂਦੀ ਹੈ ਬਾਬਾ ਤੁਸਾਂ ਟੁਰ ਵਜਣਾ ਹੈ ਮੈਂ ਮਰ ਵਜਣਾ ਹੈ ਜਿੱਦਾਂ ਫਤਨ ਤੇ ਆਸੋ ਮੈਂ ਜੀਂਦਾ ਕੋਈ ਨਹੀਂ ਆਉਣਾ ਚਾਰ ਸੱਜਣ ਮੇਰੀ ਕਬਰ ਤੇ ਨਾ ਆਵੇਂ ਦੱਸ ਕਿਹੜਾ ਕਿਹੜਾ ਸੱਜਣ ਨਾ ਆਵੀ ਰੋ ਰੋ ਕੇ ਪਈ ਆਉਂਦੀ ਹੈ ਬਾਬਾ ਇੱਕ ਮੇਰੇ ਪਾਲਣ ਵਾਲੀ ਮਾਂ ਨਾ ਆਵੇ ਹੁਸੈਨ ਦੀ ਆਵਾਜ਼ ਪਈ ਆਉਂਦੀ ਹੈ ਆਖ ਛੁੜੇ ਸਾਂ ਦੂਜਾ ਮੇਰੇ ਹਿੱਸੇ ਦਾ ਬਿਰਾ ਅਕਬਰ ਨਾ ਆਵੇ ਆਖ ਛੁੜੇ ਸਾਂ ਜਿਹੜਾ ਤੇਰੀ ਕੰਡ ਪਿੱਛੋਂ ਰੋਂਦਾ ਖੜੋ ਤਾਂ ਇਹ ਹੀ ਨਾ ਆਵੇ ਜਿਵੇਂ ਆਵਾਜ਼ ਖੜੋ ਤਾਂ ਹੀ ਕਦਮਾਂ ਤੇ ਚੜ ਗਿਆ ਤਾਂ ਮੈਂ ਤਾਂ ਬੂਹੇ ਦਾ ਨੌਕਰ ਮੇਰੇ ਨਾਲ ਕਿਉਂ ਨਾਰਾਜ਼ ਏ ਤੇਰੇ ਅਕਬਰ ਨੂੰ ਚਾਹ ਕੇ ਖਿੰਦੇ ਬੜੀ ਸੋਹਣੀ ਮੁਗਾੜ ਪਈ ਦੇਣਾ ਮੈਂ ਸੈਯਦ ਰਾਜ਼ੀ ਹਾਂ ਇਮਾਮ ਦੀ ਆਵਾਜ਼ ਪਈ ਆਉਂਦੀ ਹੈ ਚੌਥਾ ਸਜਣ ਨਸਾ ਚਾਦਰ ਦਾ ਇਸ਼ਾਰਾ ਕਰ ਗਿਆ ਦੀ ਕਿ ਕਰੇ ਸੇ ਪੁੱਛ ਕੇ ਮੈਂ ਜ਼ੈਨ ਨਾ ਪੈਸੇ ਦੇਂਦੀ ਹੈ ਹੁਸੈਨ ਦੀ ਆਵਾਜ਼ ਪਈ ਆਉਂਦੀ ਹੈ ਇਮਾਮ ਹੋ ਕੇ ਹੁਕਮ ਪਈ ਦੇਣਾ ਮੈਨੂੰ ਚੌਥਾ ਸਜਣ ਨਸਾ ਇਸ਼ਾਰਾ ਕਰ ਗਿਆ ਦੀ ਲਗਾ ਵਜ ਵੱਧ ਤੂੰ ਹੀ ਨਾ ਆਵੇਂ ਹੁਸੈਨ ਦੀ ਆਵਾਜ਼ ਪਈ ਆਉਂਦੀ ਆਪਣੀ ਸੁਣਾਈ ਮੈਂ ਵੀ ਸੁਣ ਲੈ ਅੱਜ ਦੇ ਬਾਅਦ ਕੋਈ ਆਵੀ ਨਾ ਵੀ ਮੈਂ ਹੁਸੈਨ ਨਹੀਂ ਬਣਨਾ ਆਦੀ ਬਾਬਾ ਇਹ ਕਿਉਂ ਨਹੀਂ ਆਉਂਦਾ